ਹਾਲ ਹੈ ਕਿ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਰੀਅਲ ਬ੍ਰਦਰ, ਪੁਲਿਸ ਦੇ ਮੁਤਾਬਕ ਉਹਨਾਂ ਨੂੰ ਆਈਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਗਿਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ, ਇਹ ਆਇਆ ਕਾਹਦੇ ਲਈ ਸੀ ਅੰਮ੍ਰਿਤਪਾਲ? ਇੱਥੇ ਕੈਨੇਡਾ ਤੋਂ, ਦੁਬਈ ਤੋਂ ਕਾਹਦੇ ਲਈ ਆਇਆ ਸੀ? ਇਸੇ ਕਰਕੇ ਆਇਆ ਸੀ ਵੀ ਮੈਂ ਇੱਥੇ ਨਾਰਕੋ ਟੈਰਰਿਜ਼ਮ ਨੂੰ ਖਤਮ ਕਰਾਂਗਾ ਜੀ, ਮੈਂ ਨਸ਼ਾ ਛੁਡਵਾਵਾਂਗਾ। ਇਹਦਾ ਤਾਂ ਆਪਣਾ ਘਰ ਦੇ ਵਿੱਚ ਨਿਸ਼ੇੜੀ ਨਿਕਲੇ ਸਾਰੇ। ਕਿਉਂ ਆਇਆ ਇੱਥੇ? ਕੌਣ ਇਹਦੇ ਪਿੱਛੇ? ਕੀ ਸਾਜਿਸ਼ ਸੀ? ਇਹ ਖਡੂਰ ਸਾਹਿਬ ਦੇ ਲੋਕਾਂ ਨੂੰ ਹੁਣ ਤੈਅ ਕਰਨਾ ਪਏਗਾ। ਪਹਿਲਾਂ ਇਹਨਾਂ ਨੇ ਸਿਮਰਨਜੀਤ ਸਿੰਘ ਮਾਨ ਜਿਤਾ ਤਾ ਅੱਖਾਂ ਬੰਦ ਕਰਕੇ, ਹੁਣ ਇਹਨਾਂ ਨੂੰ ਜਿਤਾ ਤਾ। ਇਹ ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਨੇ? ਅੰਮ੍ਰਿਤਪਾਲ ਵਰਗੇ ਲੋਕ, ਜਿਹੜੇ ਲੋਕ ਇਹਨਾਂ ਦੇ ਪਿੱਛੇ ਲੱਗੇ ਨੇ, ਉਹ ਲੋਕਾਂ ਨੂੰ ਅੱਜ ਸੋਚਣਾ ਪਏਗਾ ਵੀ ਇਹੋ ਜਿਹੇ ਮੈਂਬਰ ਪਾਰਲੀਮੈਂਟ ਬਣ ਗਏ ਤੇ ਕੀ ਸਾਡੇ ਤਰਨ ਤਾਰਨ ਦਾ, ਕੀ ਸਾਡੇ ਪੰਜਾਬ ਦਾ, ਕੀ ਸਾਡੀ ਤਰੱਕੀ ਦਾ, ਕੀ ਸਾਡੀ ਜਵਾਨੀ ਦਾ ਵਿਕਾਸ ਕਰਨਗੇ। ਦੇਖੋ, ਗੱਲ ਇਹ ਹੈ ਬਿਲਕੁਲ ਕਲੀਅਰ ਅੰਮ੍ਰਿਤਪਾਲ ਦੀ, ਮੈਂ ਬਿਲਕੁਲ ਤੁਹਾਨੂੰ ਸਪਸ਼ਟ ਕਹਿ ਦਿਆਂ। ਇਹ ਲੋਕਾਂ ਦੀ ਭੀੜ ਨੇ, ਜਿਹੜੀ ਮੂਵਮੈਂਟ ਇਹਨਾਂ ਦੇ ਨਾਲ ਜੁੜੀ, ਜਿਹਨਾਂ ਨੇ ਧਰਨੇ ਦਿੱਤੇ, ਉਹਦੇ ਪੂਰਾ ਦੇਖੋ, ਉਹਦੀ ਜਾਂਚ ਕਰੋ। ਪਿੱਛੇ ਉਹ ਕੈਨੇਡਾ ਤੋਂ, ਅਮੈਰੀਕਾ ਤੋਂ ਕਿੱਥੋਂ ਕਿੱਥੋਂ ਫੰਡਿੰਗ ਆਈ, ਕਿੱਥੋਂ ਕਿੱਥੋਂ ਜੇ ਸਾਜਿਸ਼ ਚੱਲੀ, ਅੰਮ੍ਰਿਤਪਾਲ ਨੂੰ ਕਿਉਂ ਇੱਥੇ ਭਾਰਤ ਦੇ ਵਿੱਚ ਭੇਜਿਆ ਗਿਆ? ਪਰਿਵਾਰ ਕਹਿ ਰਿਹਾ ਕਿ ਇਹ ਸਾਜਿਸ਼ ਹੈ, ਇਹ ਸਰਕਾਰ ਦੀ ਸਾਜਿਸ਼ ਹੈ, ਇਹ ਪੁਲਿਸ ਦੀ ਸਾਜਿਸ਼ ਹੈ, ਪੁਲਿਸ ਝੂਠੀਆਂ ਕਹਾਣੀਆਂ ਬਣਾਉਣਾ ਜਾਣਦੀ ਹੈ। ਉਹ ਭੈਣ ਜੀ ਮੇਰੀ ਗੱਲ ਸੁਣੋ, ਇੱਥੇ ਇੰਨੇ ਨੇ ਲੋਕਾਂ ਨੇ ਬੇਗੁਨਾਹਾਂ ਦੇ ਪੰਜਾਬ ਦੇ ਵਿੱਚ ਕਤਲੇਆਮ ਕਰ ਦਿੱਤੇ। ਮੇਰੇ ਤੇ ਬੰਬ ਚਲਾਉਣ ਵਾਲਾ ਭੁੱਲਰ, ਉਹ ਉਹਨੇ ਕਤਲੇਆਮ ਕਰਤਾ, ਇੰਨੇ ਕਤਲੇਆਮ। ਇਹ ਤਾਂ ਹਰ ਗੱਲ ਨੂੰ ਸਾਜਿਸ਼ ਹੀ ਕਹਿੰਦੇ ਨੇ ਸਾਡੇ ਪੰਜਾਬ ਦੇ ਚੰਦ ਬੰਦੇ ਜੀ, ਹਰ ਗੱਲ ਦੀ ਸਾਜਿਸ਼ ਹੈ। ਤੇ ਜਿਹੜੇ ਕਰਮ ਇਹ ਕਰਦੇ ਨੇ ਉਹ ਲੁਕਾ ਦਿਓ। ਮੈਂ ਤਾਂ ਕਹਿੰਦਾ ਚੰਦ ਬੰਦਿਆਂ ਨੂੰ ਸਾਨੂੰ ਸਰਕਾਰ ਲਾਇਸੈਂਸ ਦੇ ਦੇਵੇ, ਸੁਪਰੀਮ ਕੋਰਟ ਲਾਇਸੈਂਸ ਦੇ ਦੇ, ਅਸੀਂ ਡਰੱਗ ਵੇਚੀਏ, ਅਸੀਂ ਲੋਕਾਂ ਨੂੰ ਮਾਰੀਏ, ਅਨਿਹਾਲੀ ਸਿੰਧੂ ਬਾਰਡਰ ਤੇ ਲੋਕਾਂ ਦਾ ਕਤਲੇਆਮ ਕਰ ਦਈਏ, ਅਸੀਂ ਫਗਵਾੜਾ ਦੇ ਅੰਦਰ ਗੁਰਦੁਆਰੇ ਦੇ ਵਿੱਚ ਘੁਸ ਕੇ ਉੱਥੇ ਪਬਲਿਸਿਟੀ ਦੀ ਖਾਤਰ ਕਿਸੇ ਹਿੰਦੂ ਭਰਾ ਨੂੰ ਮਾਰ ਦਈਏ। ਇਹ ਮਤਲਬ ਕੀ ਮਜ਼ਾਕ ਹੈ? ਸਾਡੀ ਸਿੱਖ ਕੌਮ ਮਾਨਵਤਾ ਦੀ ਸਜਾਈ ਗਈ, ਇਹ ਸਾਨੂੰ ਪੂਰੀ ਦੁਨੀਆਂ 'ਚ ਬਦਨਾਮ ਕਰੀ ਜਾਂਦੇ ਨੇ, ਇਹ ਪੰਜਾਬ 'ਚ ਰਹਿੰਦੇ ਨੇ। ਅੱਜ ਮੈਂ ਗੁਜਰਾਤ ਦੇ ਵਿੱਚ ਹਾਂ, ਮੈਂ ਪੂਰਾ ਦੇਸ਼ ਘੁੰਮਦਾ, ਸਿੱਖ ਕੌਮ ਦੀ ਇੰਨੀ ਇੱਜ਼ਤ ਹੈ, ਸਾਨੂੰ ਸਵਾਲ ਪੁੱਛੇ ਜਾਂਦੇ ਨੇ ਅੰਮ੍ਰਿਤਪਾਲ ਨੂੰ ਲੈ ਕੇ। ਅੱਜ ਹੁਣ ਪੱਤਰਕਾਰ ਮਿਲੇ, ਉਹ ਕਹਿੰਦੇ ਜੀ ਆਹ ਨਿਊਜ਼ ਆਈ, ਤੁਸੀਂ ਕੀ ਕਹੋਗੇ, ਕੀ ਕੀ ਜਵਾਬ ਦਈਏ? ਇਹ ਕੀ ਸਾਡੀ ਸਿੱਖੀ ਦਾ ਧਾਨ ਨਹੀਂ? ਕੀ ਸਾਡੀ ਸਿੱਖੀ ਦਾ ਅਪਮਾਨ ਨਹੀਂ? ਇਹਦੇ ਤੋਂ ਦੇਖੋ, ਪੰਥਕ ਆਗੂ ਕੋ ਬੋਲਣ ਨੂੰ ਤਿਆਰ ਨਹੀਂ। ਹਰ ਬੰਦਾ ਕਦੀ ਕਹਿੰਦਾ ਜੀ ਬੰਦੀ ਸਿੱਖ ਛੱਡ ਦਿਓ, ਕਦੀ ਕਹਿੰਦੇ, ਕਦੀ ਇਹ ਗੁਰੂ ਗ੍ਰੰਥ ਸਾਹਿਬ ਲੈ ਕੇ ਉੱਥੇ ਚਲੇ ਜਾਂਦਾ, ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ ਚਲੇ ਜਾਂਦਾ। ਗੁਰੂ ਗ੍ਰੰਥ ਸਾਹਿਬ ਨੂੰ, ਕਿੱਡਾ ਪਵਿੱਤਰ ਗੁਰੂ ਗ੍ਰੰਥ ਸਾਹਿਬ, ਉਹਨੂੰ ਢਾਲ ਬਣਾ ਕੇ ਪੁਲਿਸ ਸਟੇਸ਼ਨ, ਜਿੱਥੇ ਸ਼ਰਾਬ, ਜਿੱਥੇ ਨਾਰਕੋ ਟੈਰਰਿਜ਼ਮ, ਜਿੱਥੇ ਅਫੀਮ, ਜਿੱਥੇ ਗਾਂਜਾ, ਜਿੱਥੇ ਬੇਟਾ ਸਾਹਿਬ ਠੀਕ ਹੈ ਤੁਹਾਡੀ ਗੱਲ, ਪਰ ਕੀ ਫਿਰ ਖਡੂਰ ਸਾਹਿਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਿਆ 4 ਲੱਖ ਤੋਂ ਵੱਧ ਵੋਟਾਂ ਪਾਤੀਆਂ, 1,97,000 ਤੋਂ ਵੱਧ ਵੋਟਾਂ ਦੇ ਫਰਕ ਨਾਲ, ਰਿਕਾਰਡ ਤੋੜ ਫਰਕ ਨਾਲ ਜੇਤੂ ਰਿਹਾ ਅੰਮ੍ਰਿਤਪਾਲ ਸਿੰਘ? ਭੈਣ ਜੀ ਮੇਰੀ ਗੱਲ ਸੁਣੋ, ਪੋਲੀਟੀਕਲ ਪਾਰਟੀਆਂ ਚੰਗੀਆਂ ਹੋਣ, ਮਾੜੀਆਂ ਹੋਣ, ਕਾਂਗਰਸ ਹੋਵੇ, ਆਮ ਪਾਰਟੀ ਹੋਵੇ, ਬੀਜੇਪੀ ਹੋਵੇ, ਅਕਾਲੀ ਹੋਵੇ, ਪਾਰਟੀਆਂ ਤੇ ਨੇ, ਕੋ ਪੁੱਛਣ ਵਾਲਾ ਤਾਂ ਹੈ? ਇਹਨਾਂ ਨੂੰ ਤਾਂ ਪੁੱਛਣ ਵਾਲਾ ਨਹੀਂ, ਇੱਕ ਇਹ ਜਿਤਾਤਾ, ਇੱਕ ਜਿਤਾਤਾ ਖਾਲਸਾ। ਹੁਣ ਖਾਲਸੇ ਨੂੰ ਜੇ ਪੁੱਛੇ ਇਹਦੇ ਨਾਲ, ਉਹਨੂੰ ਵੀ ਪੁੱਛ ਲੇ ਤੇ ਤੇਰੇ ਪਿਓ ਨੇ ਕੀ ਕੀਤਾ ਸੀ ਭਾਈ, ਕੀ ਕੁਰਬਾਨੀਆਂ ਦਿੱਤੀਆਂ, ਇੰਦਰਾ ਗਾਂਧੀ ਨੂੰ ਮਾਰ ਕੇ ਲੱਖਾਂ ਸਿੱਖ ਤੁਸੀਂ ਉਜਾੜਤੇ। ਇਹਦੇ ਤੇ ਦੇਖੋ, ਪੰਥਕ ਆਗੂ ਗੱਲ ਕਰਨ ਨੂੰ 84 ਦੇ ਦੰਗਿਆਂ ਦੀ ਤਾਂ ਇਨਸਾਫ ਦੀ ਮੰਗ ਕਰਦੇ ਨੇ, 84 ਦੇ ਦੰਗੇ ਹੋਏ ਕਿਉਂ? ਇਹਦੇ ਤੇ ਕੁਛ ਸੋਚਣ ਨੂੰ ਤਿਆਰ? ਇਹ ਸਿੱਖੀ ਦਾ ਘਾਣ ਕਰ ਰਹੇ ਨੇ ਭੈਣ ਜੀ, ਲੋਕ ਸਿੱਖੀ ਨੂੰ ਬਦਨਾਮ ਕਰ ਰਹੇ ਨੇ। ਪੰਜਾਬ 'ਚ ਬੋਲਣ ਵਾਲਾ ਕੋਈ ਨਹੀਂ, ਕੋਈ ਪ੍ਰਵਚਨਕਾਰੀ ਨਹੀਂ ਹੈ। ਇੱਕ ਪ੍ਰਵਚਨਕਾਰੀ ਹੈ ਪੰਜਾਬ 'ਚ, ਇੱਕੋ ਯੋਧਾ ਜਿਹਨੂੰ ਕਹਿੰਦੇ ਨੇ ਢੱਡਰੀਆਂ ਵਾਲਾ ਸਾਹਿਬ, ਜਿਹੜਾ ਸੱਚ ਨੂੰ ਸੱਚ ਕਹਿੰਦਾ। ਸਾਰੇ ਤਾਂ ਇਹਨਾਂ ਦੀਆਂ ਵਕਾਲਤਾਂ ਕਰਦੇ, ਕਿੱਥੋਂ ਪੰਜਾਬ ਨੂੰ ਵਿਚਾਰੋਗੇ?